ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ। ਹਰੇਕ ਦਾ ਰਾਈਟ ਆ, ਹਰੇਕ ਇਲੈਕਸ਼ਨ ਲੜਦਾ ਜਿਹੜਾ ਏ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ, ਮਾਨ ਹੋਣੀ, ਸਾਰੇ ਬਹੁਤ ਜਿਹੜੇ ਲੀਡਰ ਏ ਜੇਲ੍ਹ 'ਚ ਸੀਗੇ, ਇਲੈਕਸ਼ਨਾਂ ਲੜੇ ਨੇ, ਅਤੇ ਇਸ ਕਰਕੇ ਉਹ ਕੋਈ ਹੱਲ ਨਹੀਂ, ਉਹ ਤਾਂ ਕੋਈ ਵੀ ਲੜ ਸਕਦਾ। ਇੱਕ ਲੁਧਿਆਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨ ਦੀ ਚਰਚਾਵਾਂ ਹੋ ਜਾਏ ਕਾਂਗਰਸ ਤੋਂ, ਤੁਹਾਡਾ ਕੀ ਲੱਗਦਾ ਕਿਹੋ ਜਿਹਾ? ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ, ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਆ ਕਿਹਨੂੰ ਨਹੀਂ ਲੜਾਉਂਦੇ। ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣੇ ਤੋਂ ਚੋਣ ਮੈਦਾਨ 'ਚ ਉਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਸਾਹਮਣੇ, ਇਹ ਹਜੇ ਕੋਈ ਜੇ ਕੋਈ ਗੱਲ ਹੀ ਹੈ ਨਹੀਂ ਗੀ, ਇਹ ਤਾਂ ਆਪਾਂ ਗੱਲ ਪਹਿਲਾਂ ਕਰਨ ਦਾ ਫਿਊਡ ਗੱਲ ਦਾ ਕੋਈ ਮਤਲਬ। ਸਰ ਇੱਕ ਅੰਮ੍ਰਿਤਪਾਲ ਨੂੰ ਟਿਕਟ ਦਿੱਤੀ ਗਈ ਹੈ, ਉਹ ਜੇਲ੍ਹ ਤੋਂ ਚੋਣ ਲੜਨ ਜਾ ਰਿਹਾ, ਸੋ ਕੀ ਲੱਗਦਾ ਪੰਜਾਬ ਦੀ ਜਨਤਾ ਦੇ ਕੀ ਪ੍ਰਭਾਵ ਉਮੀਦਵਾਰ ਵਜੋਂ ਖੰਡੂਰ ਸਾਹਿਬ ਤੋਂ ਉਹਨਾਂ ਦੇ ਵਕੀਲ ਨੇ ਕੀ ਲੜਨਗੇ ਚੋਣ? ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ। ਹਰੇਕ ਦਾ ਰਾਈਟ ਆ, ਹਰੇਕ ਇਲੈਕਸ਼ਨ ਲੜਦਾ ਜਿਹੜਾ ਏ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ, ਮਾਨ ਹੋਣੀ, ਸਾਰੇ ਬਹੁਤ ਜਿਹੜੇ ਲੀਡਰ ਏ ਜੇਲ੍ਹ 'ਚ ਸੀਗੇ, ਇਲੈਕਸ਼ਨਾਂ ਲੜੇ ਨੇ, ਅਤੇ ਇਸ ਕਰਕੇ ਉਹ ਕੋਈ ਹੱਲ ਨਹੀਂ, ਉਹ ਤਾਂ ਕੋਈ ਵੀ ਲੜ ਸਕਦਾ। ਇੱਕ ਲੁਧਿਆਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨ ਦੀ ਚਰਚਾਵਾਂ ਹੋ ਜਾਏ ਕਾਂਗਰਸ ਤੋਂ, ਤੁਹਾਡਾ ਕੀ ਲੱਗਦਾ ਕਿਹੋ ਜਿਹਾ? ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ, ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਆ ਕਿਹਨੂੰ ਨਹੀਂ ਲੜਾਉਂਦੇ। ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣੇ ਤੋਂ ਚੋਣ ਮੈਦਾਨ 'ਚ ਉਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਸਾਹਮਣੇ ਹੋ ਜਾਣਗੇ। ਇਹ ਹਜੇ ਕੋਈ ਜੇ ਕੋਈ ਗੱਲ ਹੀ ਹੈ ਨਹੀਂ ਗੀ, ਇਹ ਤਾਂ ਆਪਾਂ ਗੱਲ ਪਹਿਲਾਂ ਕਰਨ ਦਾ ਫਿਊਡ ਗੱਲ ਦਾ ਕੋਈ ਮਤਲਬ। ਸਰ ਇੱਕ ਅੰਮ੍ਰਿਤਪਾਲ ਨੂੰ ਟਿਕਟ ਦਿੱਤੀ ਗਈ ਹੈ, ਉਹ ਜੇਲ੍ਹ ਤੋਂ ਚੋਣ ਲੜਨ ਜਾ ਰਿਹਾ, ਸੋ ਕੀ ਲੱਗਦਾ ਪੰਜਾਬ ਦੀ ਜਨਤਾ ਦੇ ਕੀ ਪ੍ਰਭਾਵ ਉਮੀਦਵਾਰ ਵਜੋਂ ਖੰਡੂਰ ਸਾਹਿਬ ਤੋਂ ਉਹਨਾਂ ਦੇ ਵਕੀਲ ਨੇ ਕੀ ਲੜਨਗੇ ਚੋਣ? ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ। ਹਰੇਕ ਦਾ ਰਾਈਟ ਆ, ਹਰੇਕ ਇਲੈਕਸ਼ਨ ਲੜਦਾ ਜਿਹੜਾ ਏ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ, ਮਾਨ ਹੋਣੀ, ਸਾਰੇ ਬਹੁਤ ਜਿਹੜੇ ਲੀਡਰ ਏ ਜੇਲ੍ਹ 'ਚ ਸੀਗੇ, ਇਲੈਕਸ਼ਨਾਂ ਲੜੇ ਨੇ, ਅਤੇ ਇਸ ਕਰਕੇ ਉਹ ਕੋਈ ਹੱਲ ਨਹੀਂ, ਉਹ ਤਾਂ ਕੋਈ ਵੀ ਲੜ ਸਕਦਾ। ਇੱਕ ਲੁਧਿਆਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨ ਦੀ ਚਰਚਾਵਾਂ ਹੋ ਜਾਏ ਕਾਂਗਰਸ ਤੋਂ, ਤੁਹਾਡਾ ਕੀ ਲੱਗਦਾ ਕਿਹੋ ਜਿਹਾ? ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ, ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਆ ਕਿਹਨੂੰ ਨਹੀਂ ਲੜਾਉਂਦੇ। ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣੇ ਤੋਂ ਚੋਣ ਮੈਦਾਨ 'ਚ ਉਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਸਾਹਮਣੇ ਹੋ ਜਾਣਗੇ। ਇਹ ਹਜੇ ਕੋਈ ਜੇ ਕੋਈ ਗੱਲ ਹੀ ਹੈ ਨਹੀਂ ਗੀ, ਇਹ ਤਾਂ ਆਪਾਂ ਗੱਲ ਪਹਿਲਾਂ ਕਰਨ ਦਾ ਫਿਊਡ ਗੱਲ ਦਾ ਕੋਈ ਮਤਲਬ। ਸਰ ਇੱਕ ਅੰਮ੍ਰਿਤਪਾਲ ਨੂੰ ਟਿਕਟ ਦਿੱਤੀ ਗਈ ਹੈ, ਉਹ ਜੇਲ੍ਹ ਤੋਂ ਚੋਣ ਲੜਨ ਜਾ ਰਿਹਾ, ਸੋ ਕੀ ਲੱਗਦਾ ਪੰਜਾਬ ਦੀ ਜਨਤਾ ਦੇ ਕੀ ਪ੍ਰਭਾਵ ਉਮੀਦਵਾਰ ਵਜੋਂ ਖੰਡੂਰ ਸਾਹਿਬ ਤੋਂ ਉਹਨਾਂ ਦੇ ਵਕੀਲ ਨੇ ਕੀ ਲੜਨਗੇ ਚੋਣ? ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ। ਹਰੇਕ ਦਾ ਰਾਈਟ ਆ, ਹਰੇਕ ਇਲੈਕਸ਼ਨ ਲੜਦਾ ਜਿਹੜਾ ਏ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ, ਮਾਨ ਹੋਣੀ, ਸਾਰੇ ਬਹੁਤ ਜਿਹੜੇ ਲੀਡਰ ਏ ਜੇਲ੍ਹ 'ਚ ਸੀਗੇ, ਇਲੈਕਸ਼ਨਾਂ ਲੜੇ ਨੇ, ਅਤੇ ਇਸ ਕਰਕੇ ਉਹ ਕੋਈ ਹੱਲ ਨਹੀਂ, ਉਹ ਤਾਂ ਕੋਈ ਵੀ ਲੜ ਸਕਦਾ। ਇੱਕ ਲੁਧਿਆਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨ ਦੀ ਚਰਚਾਵਾਂ ਹੋ ਜਾਏ ਕਾਂਗਰਸ ਤੋਂ, ਤੁਹਾਡਾ ਕੀ ਲੱਗਦਾ ਕਿਹੋ ਜਿਹਾ? ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ, ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਆ ਕਿਹਨੂੰ ਨਹੀਂ ਲੜਾਉਂਦੇ। ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣੇ ਤੋਂ ਚੋਣ ਮੈਦਾਨ 'ਚ ਉਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਸਾਹਮਣੇ ਹੋ ਜਾਣਗੇ। ਇਹ ਹਜੇ ਕੋਈ ਜੇ ਕੋਈ ਗੱਲ ਹੀ ਹੈ ਨਹੀਂ ਗੀ, ਇਹ ਤਾਂ ਆਪਾਂ ਗੱਲ ਪਹਿਲਾਂ ਕਰਨ ਦਾ ਫਿਊਡ ਗੱਲ ਦਾ ਕੋਈ ਮਤਲਬ।